ਇਹ ਨੇ ਜੀ ਉਹ ਦੋ ਡੋਗ ਜੋ ਹਮੇਸ਼ਾ ਸਾਨੂੰ ਸਿੱਧੂ ਬਾਈ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਸੀ। ਅੱਜ ਚੈੱਕ ਕਰ ਸਕਦੇ ਹੋ ਹਵੇਲੀ 'ਚ ਗਏ ਸੀ ਅਤੇ ਹਵੇਲੀ 'ਚ ਦੇਖਣ ਨੂੰ ਮਿਲੇ ਸਾਨੂੰ ਇਹ ਦੋ ਪਿਆਰੇ ਡੋਗ ਜੋ ਹਮੇਸ਼ਾ ਸਿੱਧੂ ਬਾਈ ਪਿਆਰ ਕਰਦਾ ਸੀ, ਵੀਡੀਓ ਦੇ ਵਿੱਚ ਦਿਖਾਉਂਦਾ ਸੀ। ਸਿੱਧੂ ਬਾਈ ਨੇ ਛੋਟੇ ਛੋਟੇ ਪਾਲੇ ਇਹ ਦੋ ਡੋਗ। ਅੱਜ ਸਿੱਧੂ ਬਾਈ ਦੀ ਹਵੇਲੀ ਦੇ ਵਿੱਚ ਲੋਕ ਵੀ ਆਏ ਅਤੇ ਲੋਕ ਵੀ ਇਹਨਾਂ ਦੀ ਫੋਟੋਆਂ ਵੀਡੀਓ ਕਰ ਰਹੇ ਸਨ। ਜਦੋਂ ਸਿੱਧੂ ਬਾਈ ਸਾਨੂੰ ਛੱਡ ਕੇ ਗਿਆ ਪਰ ਸਾਡੇ ਦਿਲਾਂ 'ਚ ਆ, ਤਾਂ ਉਸ ਸਮੇਂ ਵੀ ਸਿੱਧੂ ਬਾਈ ਦੇ ਯਾਦ ਕਰ ਕਰਕੇ ਇਹਨਾਂ ਨੇ ਰੋਟੀ ਪਾਣੀ ਨਹੀਂ ਖਾਧਾ ਪੀਤਾ ਸੀ, ਤਾਂ ਅੱਜ ਸਾਨੂੰ ਦੇਖਣ ਨੂੰ ਮਿਲੇ ਨੇ। ਤਾਂ ਦੇਖ ਸਕਦੇ ਹੋ ਹੈ ਨਾ ਕਿਵੇਂ ਯਾਦ ਆਉਂਦੀ ਹੈ ਇਹਨਾਂ ਨੂੰ ਵੀ, ਕਿਉਂ ਜਾਨਵਰਾਂ ਹਮੇਸ਼ਾ ਯਾਦ ਰੱਖਦਾ, ਇਨਸਾਨ ਭੁੱਲ ਜਾਂਦਾ ਪਰ ਜਾਨਵਰ ਕਦੇ ਵੀ ਨਹੀਂ ਭੁੱਲ ਸਕਦਾ। ਤਾਂ ਹੁਣ ਇਹਨਾਂ ਦੇ ਮਾਤਾ ਚਰਨ ਕੌਰ ਜੀ ਦੇ ਬਲਕੌਰ ਸਿੰਘ ਬਾਪੂ ਇਹਨਾਂ ਨੂੰ ਪਿਆਰ ਕਰਦੇ ਨੇ। ਅਤੇ ਅੱਜ ਜਦੋਂ ਟਰੈਕਟਰ ਟਰਾਲੀਆਂ ਗੱਡੀਆਂ ਥਾਰ ਹਰ ਇੱਕ ਗੱਡੀ ਦੇਖ ਰਹੇ ਸਨ ਲੋਕ, ਤਾਂ ਨਾਲ ਹੀ ਬੰਨੇ ਹੋਏ ਸੀ ਇਹ ਦੋ ਡੋਗ, ਪਿੰਜਰੇ ਵਿੱਚ ਸੀ ਇੱਕ ਬਾਹਰ ਸੀ, ਲੋਕ ਵੀਡੀਓ ਬਣਾ ਰਹੇ ਸੀ। ਤਾਂ ਅਸੀਂ ਵੀ ਸੋਚਿਆ ਤੁਹਾਡੇ ਨਾਲ ਸ਼ੇਅਰ ਕਰੀਏ। ਦੇਖ ਸਕਦੇ ਹੋ ਇਹ ਸਿੱਧੂ ਬਾਈ ਦੀ ਅਕਸਰ ਤੁਸੀਂ ਵੀਡੀਓ ਦੇ ਵਿੱਚ ਫੋਟੋ ਦੇ ਵਿੱਚ ਦਿਖਾਈ ਦਿੰਦੇ ਸੀ। ਵੀਡੀਓ ਨੂੰ ਸ਼ੇਅਰ ਕਰ ਦਿਓ। ਇਹ ਉਹੀ ਦੋ ਡੋਗ ਨੇ ਜੋ ਸਿੱਧੂ ਬਾਈ ਅਕਸਰ ਆਪਣੀ ਵੀਡੀਓ ਦੇ ਵਿੱਚ ਸਾਨੂੰ ਦਿਖਾਉਂਦੇ ਸੀ, ਪਿਆਰ ਕਰਦੇ ਹੋਏ ਨਜ਼ਰ ਆਉਂਦੇ ਸੀ। ਇਹ ਸਿੱਧੂ ਬਾਈ ਦੀ ਹਵੇਲੀ ਹੈ ਜੀ, ਸ਼ੇਅਰ ਕਰੇ।